जिला पठानकोट के गांव फंगतोली में दो दिनों के भीतर ही संदिग्ध व्यक्तियों को देखे जाने की सूचना पुलिस को दी गई है। जानकारी मुताबिक बीती रात गांव में घुसे इन अनजान लोगों की तरफ से एक घर से रोटी खाने की मांग की गई, लेकिन घर वालों ने दरवाजा नहीं खोला, जिसके बाद ये लोग यहां से चले गए। घर वालों ने इस घटना की सारी सूचना पुलिस को दे दी, जिसके बाद पुलिस द्वारा तलाशी अभियान चलाए जा रहे हैं। बलराम सिंह, पिंड केड़ा गा जी? पिंड फंगतोली। की गल होई ਆ? ਰਾਤੀ ਗੱਲ ਸਰ ਇਦਾਂ ਹੋਈ ਕਿ ਮੂਵਮੈਂਟ ਪਹਿਲੇ ਤੁਹਾਨੂੰ ਨੀ ਪਤਾ ਕਿੱਧਰੋਂ ਆਇਆ ਕਿੱਧਰੋਂ ਨਹੀਂ। ਉਹਨਾਂ ਨੇ ਸਿੱਧੇ ਆਉਂਦੇ ਹੀ ਪਹਿਲੇ ਉਹ ਆਵਾਜ਼ ਦਿੱਤੀ ਹੈ ਕਿ ਵੇ ਉੱਠੋ, ਸਾਡੀ ਭੁੱਖ ਲੱਗੀ, ਰੋਟੀ ਦਿਓ। ਤਿੰਨ ਚਾਰ ਵਾਰੀ ਉਹਨਾਂ ਬੋਲਿਆ, ਉਹਦੇ ਬਾਅਦ ਫਿਰ ਪਰਦੇ ਦੇ ਰੇਜ਼ਰ ਲਾਈਟ ਮਾਰੀ ਹੈ ਰੈੱਡ ਕਲਰ ਦੀ, ਮਤਲਬ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, ਗਨ ਪੁਆਇੰਟ ਤੇ ਧੁੱਕ ਲੈ ਰਹੇ ਹਾਂ, ਅਸੀਂ ਨੀ ਉੱਠੇ, ਅਸੀਂ ਕੋਈ ਮੂਵਮੈਂਟ ਨਹੀਂ ਕੀਤੀ। ਅਸੀਂ ਉਹਦੇ ਬਾਅਦ 5 ਮਿੰਟ ਬਾਅਦ ਵਾਈਫ ਬੋਲਦੀ ਕਿ ਚਲੋ ਪੁਲਿਸ ਨੂੰ ਇਨਫੋਰਮ ਕਰਦੇ ਹਾਂ। ਅਸੀਂ ਸਟੋਰ ਨਾਲ ਹੀ ਕਮਰੇ ਦੇ ਨਾਲ ਹੀ ਅਸੀਂ ਸਟੋਰ 'ਚ ਗਏ, ਬੱਚੇ ਸੌ ਰਹੇ ਸੀ ਸਟੋਰ 'ਚ ਗਏ, ਅੱਗੇ ਨੈਟਵਰਕ ਨਹੀਂ ਸੀ ਫੋਨ ਦੇ, ਔਰ ਵਾਈਫਾਈ ਲਗਾ ਰੱਖਾ ਘਰ, ਪਰ ਉਹਦੇ ਵੀ ਨੈਟਵਰਕ ਨਹੀਂ ਸੀ ਸਰ। ਨਾ ਚਾਚੇ ਵੀ ਫੋਨ ਕੀਤਾ, ਉਹਨਾਂ ਨੂੰ ਵੀ ਫੋਨ ਹੋਇਆ, ਕੋਈ ਵੀ ਫੋਨ ਨਹੀਂ ਆਇਆ। ਫਿਰ ਅਸੀਂ ਇਹੀ ਸੋਚਿਆ ਕਿ ਚਲੋ ਹੁਣ ਅਸੀਂ ਇੱਥੇ ਆਪਣੇ ਅੰਦਰ ਹੀ ਰਹਿਣਾ, ਜਦੋਂ ਤੱਕ ਕੋਈ ਦਰਵਾਜ਼ਾ ਨਹੀਂ ਤੋੜਦੇ, ਕੋਈ ਇਹਦਾ ਹਰਕਤ ਨਹੀਂ ਕਰਦੇ, ਅਸੀਂ ਬਾਹਰ ਨਹੀਂ ਨਿਕਲਣਾ ਕੁਛ ਵੀ ਹੋਇਆ। ਫਿਰ ਮੈਂ ਜਰਾ ਕਰ ਇੱਧਰ ਮੂੰਹ ਕਰੀਆ ਦੇਖਿਆ ਇਹਨੇ ਕੀ, ਇੱਥੇ 3 ਬੰਦੇ ਦੀਵਾਰ ਨਾਲ ਖੜੇ ਸੀ। ਉਹਦੇ ਬਾਅਦ ਜਿਹਲੇ ਹੈਲੀਕਾਪਟਰ ਉੱਪਰੋਂ ਆਉਂਦਾ ਸੀ, ਉਹਲੇ ਸਿੱਧਾ ਆ ਗਏ ਉਹ ਪੌੜੀਆਂ ਥੱਲੇ, ਕੋਈ ਬੰਦੇ ਉੱਪਰ ਜਾ ਰਹੇ, 3 ਬੰਦੇ ਦਿਖੇ ਸਰ ਬਸ। ਉਹਦੇ ਬਾਅਦ ਉਹਨਾਂ ਕਮ ਸੇ ਕਮ 4:30 ਵਜੇ ਮੂਵਮੈਂਟ ਕੀਤੀ। ਹੁਲੀਆ ਕਿਸ ਤਰ੍ਹਾਂ ਦਾ ਸੀ? ਹੁਲੀਆ ਪਰਦੇ ਦੇ ਵਿੱਚ ਸਰ, ਹੁਲੀਆ ਦਾ ਕੋਈ ਪਤਾ ਨਹੀਂ ਲੱਗਿਆ, ਪਰ ਲੰਬੇ ਡੋਗਰੀ ਭਾਸ਼ਾ ਬੋਲਦੇ, ਜਿੱਦਾਂ ਆਮ ਜੋ ਹਾਂ, ਜਿੱਦਾਂ ਉਹਨਾਂ ਨੇ ਇਹ ਬੋਲਿਆ ਕਿ ਵੇ ਉੱਠੋ, ਸਾਗੀ ਰੋਟੀ ਦਿਓ, ਭੁੱਖ ਲੱਗੇ ਦੀ। ਹੁਣ ਸਮਝ ਲਓ ਤੁਸੀਂ ਕਿ ਕਿਹੜੀ ਲੈਂਗੁਏਜ ਹੈ, ਕਿਹੜੀ ਨਹੀਂ। ਲੋਕ ਕਿੰਨੇ ਸੀ? ਲੋਕ 3 ਸੀ ਸਰ। ਪੁਲਿਸ ਨੂੰ ਇਨਫੋਰਮ ਕੀਤਾ ਸਵੇਰੇ 6 ਵਜੇ ਫੋਨ ਕੀਤਾ ਸੀ। ਹਾਂ, ਪੁਲਿਸ ਆਈ, ਉਹਨਾਂ ਨੇ ਕਾਰਵਾਈ ਨਿਸ਼ਾਨ ਵਗੈਰਾ ਦੇਖ ਕੇ ਗਏ ਆ, ਉਹ ਬੋਲਦੇ ਅੱਗੇ ਕਾਰਵਾਈ ਕਰਨੀ ਆ। ਪਹਿਲੇ ਵੀ ਤੁਹਾਡੇ ਪਿੰਡ ਦੇ ਵਿੱਚ 7 ਜਿਹੜੇ ਦੇਖੇ ਗਏ? ਹਾਂਜੀ, ਪਹਿਲੇ ਵੀ ਦੇਖੇ ਗਏ ਪਹਿਲੇ। ਲੱਗਦਾ ਹੁਣ ਉਹੀ ਹੋ ਸਕਦੇ? ਹਾਂ, ਉਹੀ ਹੋ ਸਕਦੇ ਆ, ਕਿਉਂਕਿ ਉਹਦੇ ਕੋਲ ਵੱਡੇ ਵੱਡੇ ਬੈਗ ਸੀ, 3 ਬੈਗ ਸੀ, ਪੂਰਾ ਮਤਲਬ ਕਾਲੇ ਡਰੈਸ ਕਾਲਾ ਬੈਗ ਹੀ ਮਿਲ ਕਰਦਾ ਸੀ ਦੂਰੋਂ। ਮੈਂ ਤੇ ਮੇਰਾ ਨਾਂ ਰਜਿੰਦਰ ਸਿੰਘ ਹੈਗਾ ਸਰ। ਕੀ ਵਾਰ ਆ ਤੁਸੀਂ ਖੜਾ? ਕੱਲ ਰਾਤੀ ਇਹ ਮੁੰਡਾ ਬਲਜੀਤ ਹੈ, ਇਧਰ ਆ ਜਾ। ਇਹ ਬਲਜੀਤ ਹੈ, ਇਹਨਾਂ ਦੇ ਘਰ 3 ਬੰਦੇ ਆਏ ਨੇ, ਤੇ ਇਹਨਾਂ ਦੀ ਮਿਸੀ ਜੀ ਸੀ ਉੱਥੇ ਖਿੜਕੀ ਦੇ ਨਾਲ ਸੁੱਤੇ ਦੀ, ਤੇ ਉਹਨਾਂ ਨੇ ਆਵਾਜ਼ ਮਾਰੀ ਹੈ ਕਿ ਸਾਨੂੰ ਭੁੱਖ ਲੱਗੀ ਹੈ, ਅਸੀਂ ਰੋਟੀ ਖਾਣੀ ਹੈ, ਤੇ ਸਾਡੀ ਰੋਟੀ ਦਾ ਬੰਦੋਬਸਤ ਕਰੋ। ਇਹਨਾਂ ਨੇ ਦਰਵਾਜ਼ੇ ਨਹੀਂ ਖੋਲ੍ਹੇ ਹੈ, ਤੇ ਉਹਨਾਂ ਨੇ ਲੇਜ਼ਰ ਦੇ ਨਾਲ ਇੱਧਰ ਉੱਧਰ ਲਾਈਟਾਂ ਮਾਰੀਆਂ ਨੇ, ਤੇ ਇਹੀ 2-4 ਗੱਲਾਂ ਇਹਨਾਂ ਨੇ। ਬਾਅਦ 'ਚ ਕਿਸੇ ਨੇ ਕੋਈ ਹਰਕਤ ਨਹੀਂ ਕੀਤੀ, ਅੰਦਰ ਬੜੇ ਰਹੇ ਨੇ, ਬਾਹਰ ਨਹੀਂ ਨਿਕਲੇ ਦਰਵਾਜ਼ੇ, ਤੇ ਉਹਨਾਂ ਨੇ ਘੰਟਾ ਕੁ ਭਰ ਇੱਧਰ ਉੱਧਰ ਦੇਖਿਆ ਹੈ, ਤੇ ਉਹਦੇ ਕੋਲ ਬਾਅਦ 'ਚ ਉਹ ਚੱਲ ਗਏ ਨੇ। ਹੁਲੀਆ 3 ਬੰਦੇ ਸੀ, ਇੱਕੋ ਹੀ ਏਜ ਗਰੁੱਪ ਸੀ, ਕੁੜਤਾ ਪਜਾਮਾ ਉਹਨਾਂ ਨੇ ਡਰੈਸ ਪਾਇਆ ਸੀ, ਰਾਤ ਨੂੰ ਜ਼ਿਆਦਾ ਢੰਗ ਨਾਲ ਇਹ ਮਤਲਬ ਡਰੈਸ ਨਹੀਂ ਪਹਿਚਾਣ ਪਾਏ, ਬੈਗ ਸੀਗੇ ਉਹਦੇ ਕੋਲ, ਵੈਪਨ ਕੋਈ ਨਹੀਂ ਮਿਲਿਆ ਦੇਖਣ ਨੂੰ। ਕਿੰਨੇ ਕੁ ਵਜੇ ਦਾ ਟਾਈਮ ਸੀਗਾ ਜੀ? ਰਾਤੀ 2 ਵਜੇ ਦੀ ਗੱਲ ਹੈ। ਪਹਿਲੇ ਵੀ 7 ਬੰਦੇ ਜਿਹੜੇ ਫੰਗਤੋਲੀ ਪਿੰਡ ਦੇ ਵਿੱਚ ਇਹੀ ਦੇਖੇ ਗਏ ਸੀ? ਉਸੇ ਉਹੀ ਬੰਦੇ ਹੋ ਸਕਦੇ ਨੇ ਇਸੇ, ਕਿਉਂਕਿ ਉਹੀ ਰਿਜ ਲਾਈਨ ਹੈ, ਉੱਥੇ ਵੀ ਪਿੰਡ ਦਾ ਸਾਰਿਆਂ ਕੋਲੋਂ ਲਾਸਟ ਘਰ ਸੀ ਜਿੱਥੇ ਉਹਨਾਂ ਨੇ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਹੈ, ਔਰ ਇੱਥੇ ਵੀ ਇੱਥੋਂ ਪਹਿਲਾਂ ਹੀ ਘਰ ਹੈ ਇਸ ਪਾਸਿਓਂ, ਤੇ ਇੱਥੇ ਇਹਨਾਂ ਨੇ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਛ ਖਾਣ ਪੀਣ ਨੂੰ ਮਿਲ ਜਾਏ। ਪਰ ਅਸੀਂ ਤਾਰੀਫ ਕਰਨਾ ਹੈ ਇਸ ਪਰਿਵਾਰ ਦੀ ਕਿ ਜਿਨ੍ਹਾਂ ਨੇ ਦਰਵਾਜ਼ੇ ਨਹੀਂ ਖੋਲ੍ਹੇ, ਤੇ ਨਹੀਂ ਤਾਂ ਹੋ ਸਕਦਾ ਕੋਈ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਕਿਡਨੈਪ ਕਰਕੇ ਲੈ ਜਾਂਦੇ, ਤੇ ਫਿਰ 15 ਦਿਨ ਇਹਦੇ ਕੋਲ ਹੈਲਪ ਲੈਂਦੇ ਰਹਿੰਦੇ। ਜਿਨ੍ਹਾਂ ਦਾ ਕੋਈ ਬੱਚਾ ਫਸਿਆ ਹੁੰਦਾ ਉਹਨਾਂ ਘਰਦਿਆਂ ਨੂੰ ਹੈਲਪ ਕਰਨੀ ਪੈਂਦੀ ਹੈ ਆਪਣੇ ਬੱਚੇ ਵਾਸਤੇ, ਆਪਣੇ ਪਰਿਵਾਰ ਵਾਸਤੇ। ਕਿੰਨੇ ਕੁ ਬੰਦੇ ਸੀਗੇ? 3 ਬੰਦੇ ਦੇਖੇ ਨੇ ਇਹਨਾਂ ਨੇ।
ਮੰਗ ਅਸੀਂ ਇਹੀ ਕਰਨੇ ਆ ਕਿ ਇਹ ਜਿਹੜੇ ਇਹਨਾਂ ਭੇਠਾਂ ਦੀ ਸਰਚ ਕੀਤੀ ਜਾਏ, ਇਹਦੇ ਆਪਰੇਸ਼ਨ ਲਾਂਚ ਕੀਤਾ ਜਾਏ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਊਟਰ ਕੀਤਾ ਜਾਏ ਬੰਦਿਆਂ ਨੂੰ ਤਾਂ ਕਿ ਲੋਕੀ ਦਹਿਸ਼ਤ 'ਚ ਨਾ, ਲੋਕੀ ਆਪਣੇ ਕੰਮ ਕਾਰ 'ਤੇ ਨਹੀਂ ਜਾ ਪਾ ਰਹੇ, ਕਿੰਨੇ ਕੁ ਦਿਨ ਨਹੀਂ ਜਾਣਗੇ। ਔਰ ਇੱਧਰ ਸਾਡੀਆਂ ਪੈਲੀਆਂ ਨੇ, ਲੋਕੀ ਜਾਂਦੇ ਨੇ, ਜੇ ਕੱਲ ਨੂੰ ਕੋਈ ਇੰਸੀਡੈਂਟ ਹੋ ਗਿਆ ਤਾਂ ਫਿਰ ਆਪਰੇਸ਼ਨ ਲਾਂਚ ਕਰੋਗੇ, ਫਿਰ ਕੀ ਫਾਇਦਾ ਹੋਣਾ। ਬਿਲਕੁਲ, ਪੁਲਿਸ ਨੂੰ ਇਨਫੋ ਕੀਤਾ ਹੈ, ਪੁਲਿਸ ਆਈ ਵੀ ਹੈ ਸਵੇਰੇ। ਹਾਂਜੀ, ਲਾਗੇ ਕੋਈ ਆਰਮੀ ਏਰੀਆ ਪੈਂਦਾ ਤਾਂ? ਆਰਮੀ ਏਰੀਆ ਮਮੂਨ ਕੈਂਟ ਮੇਰੇ ਖਿਆਲ ਇਸ ਵਕਤ ਏਸ਼ੀਆ ਦਾ ਸਭ ਤੋਂ ਵੱਡਾ ਕੈਂਟ ਸਾਡੇ ਇਲਾਕੇ 'ਚ ਹੀ ਹੈ। ਨਾਲ ਜੰਗਲ ਦਾ ਏਰੀਆ ਪੈਂਦਾ ਸਾਰਾ ਜਿੰਨਾ ਵੀ? ਹਾਂਜੀ ਬਿਲਕੁਲ, ਜੰਗਲ ਦਾ ਏਰੀਆ ਜੀ।